अज असी पंजाब दे सब तो वड्डे सनती शहर जिन्हों बड़े माण नाल मैनचेस्टर ऑफ इंडिया भी कहा जाता है समॉल स्केल इंडस्ट्रीज़ दे विच अज असी लुधियाना विखे पहुँचे हैं और अज जिहड़ी साडी मीटिंग है वह चैंबर ऑफ इंडस्ट्रीज़ एंड कमर्शियल अंडरटेकिंग्स जिहड़ी कि सीसू की एक ऑर्गनाइजेशन है ਉਹਦੇ ਵੱਲੋਂ ਜੋ ਮੀਟਿੰਗ ਅਰੇਂਜ ਕੀਤੀ ਗਈ ਸੀ ਜਿਹਦੇ 'ਚ ਲੁਧਿਆਣਾ ਦੇ ਨਾਲ ਜਿੰਨੇ ਵੀ ਅਟੈਚਡ ਸਾਡੇ ਸਨਅਤਕਾਰ ਨੇ ਉਹ ਉਰੇ ਪਹੁੰਚੇ ਸੀ ਔਰ ਵੱਡੇ ਗਰੁੱਪਸ ਵੀ ਪਹੁੰਚੇ ਸੀ ਮੀਡੀਅਮ ਗਰੁੱਪਸ ਵੀ ਪਹੁੰਚੇ ਸੀ ਔਰ MSME ਗਰੁੱਪਸ ਵੀ ਪਹੁੰਚੇ ਸੀ ਔਰ ਇਹ ਜਿਹੜੀ ਮੀਟਿੰਗ ਹੋਈ ਹੈ ਬੜੇ ਸੁਖਾਵੇਂ ਮਾਹੌਲ 'ਚ ਬੜੇ ਪੋਜ਼ਿਟਿਵ ਮਾਹੌਲ 'ਚ ਹੋਈ ਹੈ ਜੀ ਇੰਡਸਟਰੀਲਿਸਟ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੇ ਆਪਣੀਆਂ ਜੋ ਸਮੱਸਿਆਵਾਂ ਵੀ ਸਾਨੂੰ ਸਾਡੇ ਨਾਲ ਡਿਸਕਸ ਕੀਤੀਆਂ ਔਰ ਉਹ ਤੋਂ ਬਾਅਦ 'ਚੋਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਕੁਛ ਬਹੁਤ ਸੋਹਣੀਆਂ ਸਕੀਮਾਂ ਨੇ ਅਸੀਂ ਉਹ ਵੀ ਉਹਨਾਂ ਬਾਰੇ ਵੀ ਇੰਡਸਟਰੀਲਿਸਟ ਵੀਰਾਂ ਨੂੰ ਜਾਣੂ ਕਰਵਾਇਆ ਆਉਣ ਵਾਲੇ ਸਮੇਂ 'ਚ ਕੋਈ ਜਿਹੜੀਆਂ ਕੁਛ ਸਕੀਮਾਂ ਇਹੀ ਜੀਆਂ ਨੇ ਜਿਹਦੇ ਉੱਤੇ ਸੈਟਲਮੈਂਟ ਸਕੀਮਸ ਲਿਆਉਣੀਆਂ ਪੈਣੀਆਂ ਵਨ ਟਾਈਮ ਉਹਦੇ ਸੰਬੰਧ 'ਚ ਵੀ ਬੜੀ ਵਿਸਤਾਰ 'ਚ ਚਰਚਾ ਹੋਈ ਹੈ ਅਸੀਂ ਮੁੱਖ ਮੰਤਰੀ ਪੰਜਾਬ ਓਨਰੇਬਲ ਸ਼੍ਰੀ ਭਗਵੰਤ ਮਾਨ ਜੀ ਨੂੰ ਅਸੀਂ ਇਹਦੇ ਲਈ ਬੇਨਤੀ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹ ਜਿਹੜੀਆਂ ਸਕੀਮਾਂ ਨੇ ਉਹਦੇ 'ਤੇ ਡਰਾਫਟ ਤਿਆਰ ਕਰਾਂਗੇ ਔਰ ਡਰਾਫਟ ਤਿਆਰ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਆਉਣ ਵਾਲੇ ਸਮੇਂ 'ਚ ਕੋਈ ਵੱਡੀ ਨਜ਼ਾਤ ਦੇਵਾਂਗੇ ਕੋਈ ਵੱਡਾ ਤੋਹਫਾ ਦੇਵਾਂਗੇ ਲਗਾਤਾਰ ਵੇਖਦੇ ਪਏ ਕਿ ਇਸ ਸਮੇਂ ਡਾਇੰਗ ਇੰਡਸਟਰੀ ਦੇ ਉੱਤੇ ਜਿਹੜਾ ਸ਼ਿਕੰਜਾ ਕੱਸਿਆ ਗਿਆ ਔਰ ਬਿਜਲੀ ਡਿਪਾਰਟਮੈਂਟ ਵੱਲੋਂ ਹੁਣ ਕਨੈਕਸ਼ਨ ਵੀ ਕੱਟੇ ਗਏ ਪੰਜਾਬ ਸਰਕਾਰ ਕਿਸੇ ਵੀ ਇੰਡਸਟਰੀ ਦੇ ਉੱਤੇ ਐਦਾਂ ਸ਼ਿਕੰਜਾ ਨਹੀਂ ਕੱਸਦੀ ਜਾਂ ਕੋਈ ਕਿਸੇ ਪਾਰਟੀਕੁਲਰ ਇੰਡਸਟਰੀ 'ਤੇ ਪੰਜਾਬ ਸਰਕਾਰ ਦਾ ਹਮੇਸ਼ਾ ਪਰਜ਼ੋਰ ਇਹ ਕੋਸ਼ਿਸ਼ ਹੈ ਕਿ ਆਪਣੀ ਇੰਡਸਟਰੀ ਨੂੰ ਹਰ ਪੱਖ ਤੋਂ ਸ਼ੈਲਟਰ ਦਿੱਤਾ ਜਾਵੇ ਹਰ ਪੱਖ ਤੋਂ ਬਚਾਇਆ ਜਾਵੇ ਪਰ ਜਿਹੜੀਆਂ ਕੁਛ NGT ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੁਛ ਮਸਲੇ ਨੇ ਜਿਹੜੇ ਕਿ ਮਤਲਬ ਕਿ ਉਹ ਟ੍ਰਿਬਿਊਨਲ ਹੈ ਸੋ ਡੈਟਸ ਵਾਏ ਜਿਹੜੇ ਉਹਨਾਂ ਦੇ ਕੁਛ ਆਦੇਸ਼ ਨੇ ਜੋ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਉਹਨਾਂ ਨੇ ਜਾਰੀ ਕੀਤੇ ਹੋਏ ਨੇ ਉਹਦੇ ਤਹਿਤ ਜੇ ਕੋਈ ਕਾਰਵਾਈ ਹੋਈ ਆ ਅਸੀਂ ਉਹਨੂੰ ਵੀ ਵੈਰੀਫਾਈ ਕਰਾਂਗੇ ਔਰ ਇਹਦਾ ਐਮੀਕੇਬਲੀ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂ ਇਸ ਸਮੇਂ ਪਾਣੀ ਦਾ ਮੁੱਦਾ ਇਸ ਸਮੇਂ ਕਾਫੀ ਗਰਮਾਇਆ ਹੋਇਆ ਉਹਨੂੰ ਲੈ ਕੇ ਲਗਾਤਾਰ ਗੁਰਦੀ ਵੀ ਐਕਸ਼ਨ ਜਾਏ ਹੋਏ ਸੀਗੇ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਐਕਸ਼ਨ ਜਾਏ ਅਤੇ ਹੁਣ ਜਿਹੜਾ ਹੈਗਾ ਪ੍ਰਸ਼ਾਸਨ ਵੀ ਜਿਹੜਾ ਸਖ਼ਤ ਰੁੱਖ ਦਿਖਾਉਂਦਾ ਦਿਖਾਈ ਦੇ ਰਿਹਾ ਦੇਖੋ ਗੱਲ ਇੱਦਾਂ ਹੈ ਇਹ ਸਾਰਾ ਟੈਕਨੋਲੋਜੀ ਬੇਸਡ ਕੰਮ ਹੋਊਗਾ ਨਵੀਂ ਟੈਕਨੋਲੋਜੀ ਸਾਨੂੰ ਇਹਦੇ ਵਿੱਚ ਇੰਟਰਵੀਨ ਕਰਨੀ ਪੈਣੀ ਔਰ ਅਸੀਂ ਵੀ ਇੰਡਸਟਰੀਲਿਸਟ ਵੀਰਾਂ ਦੇ ਨਾਲ ਸਾਡੀ ਫ੍ਰੀਕੁਐਂਸ ਇੱਕ ਨਹੀਂ ਘੱਟ ਤੋਂ ਘੱਟ 10 ਮੀਟਿੰਗਾਂ ਹੋ ਲਈਆਂ ਔਰ ਉਹ ਇਸ ਗੱਲ ਨੂੰ ਰਾਜ਼ੀ ਨੇ ਉਹ ਖੁਸ਼ ਨੇ ਇਸ ਗੱਲ ਤੋਂ ਕਹਿੰਦੇ ਅਸੀਂ ਹਰ ਤਰ੍ਹਾਂ ਦੀ ਟੈਕਨੋਲੋਜੀ ਅਡੋਪਟ ਕਰਨ ਨੂੰ ਤਿਆਰ ਹੈ ਉਹ ਖੁਦ ਚਾਹੁੰਦੇ ਨੇ ਕਿ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਜਿਹੜਾ ਪਾਣੀ ਉਹ ਹੋ ਰਿਹਾ ਆਪਣਾ ਗੰਦਲਾ ਹੋ ਰਿਹਾ ਪੋਲਿਊਟਡ ਹੋ ਰਿਹਾ ਉਹ ਖੁਦ ਚਾਹੁੰਦੇ ਨੇ ਇਹਨੂੰ ਬਚਾਉਣਾ ਸੋ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਟੈਕਨੋਲੋਜੀ ਦਾ ਸਹਾਰਾ ਲੈ ਕੇ ਇਹ ਪੰਜਾਬ ਦਾ ਜਿਹੜਾ ਪਾਣੀਆਂ ਨੂੰ ਪੋਲਿਊਸ਼ਨ ਦਾ ਮੁੱਦਾ ਇਹਨੂੰ ਹੱਲ ਕਰਦਾ ਇੰਡਸਟਰੀ ਦੀ ਦਿੱਕਤਾਂ ਤਾਂ ਬਹੁਤ ਜ਼ਿਆਦਾ ਹੈ ਬਟ ਜਿੱਦਾਂ ਆਪਣੇ ਮਿਨਿਸਟਰ ਸਾਹਿਬ ਨੇ ਕਿਹਾ ਹੈਗਾ ਸੁਣ ਕੇ ਬੜਾ ਅੱਛਾ ਲੱਗਿਆ ਅਤੇ ਬੜਾ ਅੱਛਾ ਉਪਰਾਲਾ ਕਰ ਰਹੇ ਨੇ ਕਿਉਂਕਿ ਉਹ ਆਪ ਵੀ ਇੰਡਸਟਰੀ ਨੂੰ ਬਿਲੋਂਗ ਕਰਦੇ ਹੈ ਤਾਂ ਜਿਹੜੀਆਂ ਵੀ ਮੰਗਾਂ ਸੀਗੀਆਂ ਜੋ ਵੀ ਅਸੀਂ ਲੋਕਾਂ ਨੇ ਕਿਹਾ ਜਿਹਦੀ ਜਿਹਦੀ ਜੋ ਪ੍ਰੋਬਲਮ ਸੀਗੀਆਂ ਉਹ ਸਾਰਾ ਕੁਛ ਉਹਨਾਂ ਨੇ ਬੜੇ ਧਿਆਨ ਨਾਲ ਸੁਣਿਆ ਔਰ ਇੱਕ ਇੱਕ ਦਾ ਨਾਮ ਲੈ ਕੇ ਉਹਨਾਂ ਨੇ ਰੀਪ੍ਰਜੈਂਟ ਕਰਕੇ ਕਿਹਾ ਕਿ ਇਹਨਾਂ ਨੇ ਆਹ ਕਿਹਾ ਇਹਨਾਂ ਨੇ ਆਹ ਕਿਹਾ ਇਹਦੇ ਲਈ ਅਸੀਂ ਇੱਦਾਂ ਕਰਾਂਗੇ ਇਹਨਾਂ ਲਈ ਇੱਦਾਂ ਕਰਾਂਗੇ ਅਤੇ ਸਾਨੂੰ ਬਹੁਤ ਉਮੀਦ ਹੈ ਕਿ ਬਹੁਤ ਜਲਦੀ ਤੋਂ ਜਲਦੀ ਉਹ ਸਾਰਾ ਕੁਛ ਹੱਲ ਕਰ ਦਿੱਤਾ ਜਾਊਗਾ ਲੇਬਰ ਦੀ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਆਪਣਾ PSIC ਦੀ ਜ਼ਿਆਦਾ ਦਿੱਕਤ ਹੈਗੀ ਹੈ ਲੋਕਾਂ ਦੇ ਕਾਫੀ PSIC ਦੇ ਨਾਲ ਰਿਲੇਟਡ ਮੁੱਦੇ ਹੈ ਜਿਹੜੇ ਅੜੇ ਹੋਏ ਹੈ ਉਹਨਾਂ ਬਾਰੇ ਉਹਨਾਂ ਨੂੰ ਕਿਹਾ ਗਿਆ ਇੱਕ BIS ਲੈਬ ਬਾਰੇ ਉਹਨਾਂ ਨੂੰ ਕਿਹਾ ਕਿ ਉਹ ਲੁਧਿਆਣੇ ਆਟੋ ਪਾਰਟ ਸੈਂਟਰ ਦੇ ਵਿੱਚ ਲੈਬ ਲਗਾਈ ਜਾਏ ਪਰਮਿਸ਼ਨ ਦਿੱਤੀ ਜਾਏ ਇਹਨਾਂ ਨੂੰ ਕਿ ਜਿਹੜਾ ਵੀ ਟੈਸਟ ਹੈ ਕੀਤਾ ਜਾਏ ਇੱਕ ਉਹ ਇਲੈਕਟ੍ਰੀਸਿਟੀ ਦੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਰੇਟ ਵੱਧ ਜਾਂਦੇ ਆ ਉਹਨਾਂ ਲਈ ਅਸੀਂ ਕਿਹਾ ਕਿ ਉਹਨੂੰ ਐਟਲੀਸਟ 3 ਸਾਲ ਲਈ ਤਾਂ ਬਾਊਂਡ ਕੀਤਾ ਜਾਏ ਕਿਉਂਕਿ ਸਾਨੂੰ ਵੀ ਜਿਹੜੇ ਆਰਡਰ ਮਿਲਦੇ ਆ 6-6 ਮਹੀਨੇ ਜਾਂ ਜਿੱਦਾਂ ਹੁਣ ਆਰਡਰ ਚੱਲਦੇ ਪਏ ਆ ਉਹ ਸਾਨੂੰ ਅਗਲੇ ਸਾਲ ਮਾਰਚ ਤੱਕ ਭੁਗਤਾਨੇ ਪੈਣੇ ਆ ਜੇ ਰੇਟ ਵਧਣ ਨਾ ਜੇ ਰੇਟ ਵੱਧਦੇ ਆ ਕੁਛ ਵੀ ਆਉਂਦੇ ਆ ਸਾਡੇ ਰੇਟ ਨਹੀਂ ਰਿਵਾਈਜ਼ ਹੁੰਦੇ ਅੱਜ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਇੰਡਸਟਰੀ ਦੀਆਂ ਕਈ ਕਾਫੀ ਦੇਰ ਤੋਂ ਡਿਮਾਂਡ ਸੀ ਉਹਦੇ ਬਾਰੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਇਹਦੇ 'ਚ 20 ਦੇ ਕਰੀਬ ਸਾਡੀਆਂ ਮੰਗਾਂ ਸੀ ਉਹ ਉਹਨਾਂ ਨੇ ਸਾਨੂੰ ਇਸ ਆਸ਼ਵਾਸਨ ਦਵਾਇਆ ਕਿ ਜਲਦੀ ਤੋਂ ਜਲਦੀ ਜਿਸ ਲੈਵਲ 'ਤੇ ਮੰਗਾਂ ਹੱਲ ਹੋਣ ਵਾਲੀਆਂ ਚਾਹੇ ਉਹ ਕੈਬਨਿਟ 'ਚ ਲੈ ਕੇ ਜਾਣੀ ਹੈ ਜਾਂ ਲੋਕਲ ਦਫ਼ਤਰ ਦੇ ਲੈਵਲ 'ਤੇ ਹੈ ਉਹ ਜਲਦੀ ਹੱਲ ਕਰਕੇ ਔਰ ਸਾਡੀਆਂ ਸਮੱਸਿਆਵਾਂ ਹੱਲ ਕਰਨਗੇ ਕਿਉਂਕਿ ਉਹ ਆਪ ਇੰਡਸਟਰੀਲਿਸਟ ਹੈ ਉਹਨਾਂ ਨੂੰ ਪ੍ਰੋਬਲਮ ਦਾ ਪਤਾ ਸੋ ਆਈ ਹੋਪ ਕਿ ਜਿੰਨੇ ਵੀ ਸਾਡੇ ਇਸ਼ੂ ਹੈ ਜਲਦੀ ਤੋਂ ਜਲਦੀ ਰਿਜ਼ੋਲਵ ਹੋਣਗੇ ਇੰਡਸਟਰੀ ਪਲਾਨ ਕਰ ਰਹੀ ਹੈ
नहीं कोई नहीं प्लान कर देखो इंडस्ट्री का माहौल ठीक है। मैं किसी नाल इंडिविजुअली गल कर रहा सी किसी ऑफिसर नाल मोहाली तो क्योंकि बद्दी खत्म हो गया बद्दी के इंसेंटिव खत्म हो गए इंडस्ट्री बद्दी तो वापस पंजाब आ रही है। इस तो अलावा आई टी इंडस्ट्री आ रही है ग्रासरूट की लैवल गल ये है बाकी सियासी